ਇੱਕ ਵਾਰੀ ਹਜ਼ਰਤ ਈਸਾ ਕੁਸੇ ਬੰਦੇ ਵਿੱਚੋਂ ਇਹੋ ਜਿਹਾ ਜਿੰਨ ਕੱਢਿਆ ਜਿਹੜਾ ਇਨਸਾਨ ਕੀ ਗੁੰਗਾ ਕਰੀ ਛੋੜਨਾ ਹੈ। ਜਿਸ ਲੈ ਉਹ ਜਿੰਨ ਨਿਕਲਿਆ ਤੇ ਗੁੰਗਾ ਬੋਲਣ ਲੱਗੀ ਪਿਆ। ਇਹ ਚੀਜ਼ ਤੱਕੀ ਕਿ ਲੋਕ ਬਹੁ ਹੈਰਾਨ ਹੋਏ, ਪਰ ਉਹਨਾਂ ਵਿੱਚੋਂ ਕੁਝ ਲੋਕ ਆਖਣੇ ਸਨ, ਇਹ ਜਿੰਨਾਤ ਨੇ ਸਰਦਾਰ ਇਬਲੀਸ ਦੀ ਮਦਦ ਨਾਲ ਲੋਕਾਂ ਵਿੱਚੋਂ ਜਿੰਨ ਕੱਢਣਾ ਹੈ। ਕੁਝ ਲੋਕਾਂ ਉਹਨਾਂ ਅੱਗੇ ਮੌਜਨੀ ਫਰਮਾਇਸ਼ ਕੀਤੀ ਜਿਸ ਤੋਂ ਸਾਬਤ ਹੋਵੇ ਕਿ ਉਹ ਵਾਕਈ ਅੱਲਾ ਦੀ ਤਰਫੋਂ ਹੀ ਹਨ। ਪਰ ਹਜ਼ਰਤ ਈਸਾ ਆਖਿਆ, ਜਿਸ ਮੁਲਕ ਜਾਂ ਖਾਨਦਾਨ ਨੇ ਲੋਕਾਂ ਵਿੱਚ ਇਤਫਾਕ ਨਾ ਹੋਵੇ ਉਹ ਬਰਬਾਦ ਹੋਈ ਜਾਣਾ ਹੈ। ਅਗਰ ਇਬਲੀਸ ਆਪਣੇ ਹੀ ਖਿਲਾਫ ਹੋਈ ਜਾਏ ਤਾਂ ਉਸਨੀ ਹਕੂਮਤ ਕਿਸ ਤਰ੍ਹਾਂ ਕਾਇਮ ਰਹਿ ਸਕਣੀ ਹੈ? ਫਿਰ ਤੁਸੀਂ ਕਿਸ ਤਰ੍ਹਾਂ ਮਾੜਾ ਆਖੀ ਸਕਣੇ ਹੋ ਕਿ ਮੈਂ ਸ਼ੈਤਾਨੀ ਮਦਦ ਨਾਲ ਜਿੰਨਾਤ ਕੱਢਣਾ? ਤਾਂ ਕਦੇ ਮੈਂ ਜਿੰਨਾਤ ਨੇ ਸਰਦਾਰ ਦੀ ਮਦਦ ਨਾਲ ਜਿੰਨ ਕੱਢਣਾ ਤਾਂ ਫਿਰ ਤੁਸਾਂ ਨੇ ਆਪਣੇ ਲੋਕ ਜਿੰਨ ਕਿਸ ਦੀ ਮਦਦ ਨਾਲ ਕੱਢਣੇ ਹਨ? ਇਹ ਗੱਲ ਤਾਂ ਆਪੋ ਹੀ ਤੁਸਾਂ ਨੇ ਇਲਜ਼ਾਮ ਕੀ ਗਲਤ ਸਾਬਤ ਪਈ ਕਰਨੀ ਹੈ। ਪਰ ਹਕੀਕਤ ਇਹ ਹੈ ਕਿ ਅੱਲਾ ਤਾਲਾ ਮਿਕੀ ਜਿੰਨਾਤ ਕੱਢਣੇ ਨਹੀਂ ਤਾਕਤ ਦੇਈ ਕਿ ਇਹ ਪਿਆ ਸਾਬਤ ਕਰਨਾ ਹੈ ਕਿ ਉਸਨੇ ਰਾਜ ਨਾ ਵੇਲਾ ਆਈ ਗਿਆ ਹੈ। ਅਗਰ ਕੋਈ ਡਾਢਾ ਬੰਦਾ ਹਥਿਆਰ ਕੀ ਨਹੀਂ ਕਿ ਆਪਣੇ ਘਰਾਂ ਦੀ ਹਿਫਾਜ਼ਤ ਕਰਨਾ ਹੋਵੇ ਤਾਂ ਉਸ ਨਾਲ ਮਾਲ ਮਹਿਫੂਜ਼ ਰਹਿਣਾ। ਪਰ ਕਦੇ ਕੋਈ ਉਸ ਨਾਲੋਂ ਡਾਢਾ ਬੰਦਾ ਉਸ ਪਰ ਫਤਿਹ ਹੀ ਨਹੀਂ ਕਿਨੈ ਤਾਂ ਉਹ ਉਸ ਨਾਲ ਮਾਲ ਲੁੱਟੀ ਕਿੰਨਾ? ਜਿਹੜਾ ਮਾੜੇ ਨਾਲ ਨਹੀਂ ਉਹ ਮਾੜੇ ਖਿਲਾਫ ਹੈ, ਤੇ ਜਿਹੜਾ ਮਾੜੇ ਨਾਲ ਰਲੀ ਕੇ ਲੋਕਾਂ ਕੀ ਇਕੱਠਾ ਨਹੀਂ ਕਰਨਾ ਉਹ ਲੋਕਾਂ ਕੀ ਖਲਿਆਰਨਾ। ਜਿਸ ਲੈ ਕਿਸੇ ਬੰਦੇ ਵਿੱਚੋਂ ਜਿੰਨ ਨਿਕਲਣਾ ਤਾਂ ਜਿੰਨਾ ਕਿ ਰਾਮ ਨਹੀਂ ਲੱਭਣਾ, ਫਿਰ ਉਹ ਵਾਪਸ ਉਸ ਬੰਦੇ ਵਿੱਚ ਜਾਣਾ ਤਾਂ ਉਸ ਬੰਦੇ ਨਾਲ ਅੰਦਰ ਸਾਫ਼ ਸੁਥਰਾ ਹੋਣਾ। ਫਿਰ ਉਹ ਆਪਣੇ ਕੋਲੋਂ ਜ਼ਿਆਦਾ ਬੁਰੇ 7 ਜਿੰਨ ਹੋਰ ਆਪਣੇ ਨਾਲ ਕੀ ਨਹੀਂ ਕੈਸ਼ਣਾ ਤਾਂ ਉਹ ਸਾਰੇ ਉੱਥੇ ਰਹਿਣਾ ਸ਼ੁਰੂ ਕਰੀ ਕਿੰਨੇ। ਇਸ ਤਰ੍ਹਾਂ ਉਸ ਬੰਦੇ ਨਾਲ ਹਾਲ ਪਹਿਲੇ ਕੋਲੋਂ ਵੀ ਜ਼ਿਆਦਾ ਬੁਰਾ ਹੋਈ ਜਾਣਾ। ਫਿਰ ਇੱਕ ਜਨਾਨੀ ਆਖਿਆ, ਖੁਸ਼ਨਸੀਬ ਹੈ ਤੂੰ ਕਿ ਜੰਮਣੇ ਵਾਲੀ ਤਾਂ ਜਿਸ ਤੂੰ ਕਿ ਦੁੱਧ ਪਿਲਾਇਆ। ਪਰ ਉਹਨਾਂ ਆਖਿਆ, ਅਸਲ ਖੁਸ਼ਨਸੀਬ ਉਹ ਲੋਕ ਹਨ ਜਿਹੜੇ ਅੱਲਾ ਤਾਲਾ ਨਾਲ ਕਲਾਮ ਸੁਣਨੇ ਹਨ ਤਾਂ ਉਸ ਪਰ ਅਮਲ ਕਰਨੇ ਹਨ। ਜਿਸ ਲੈ ਲੋਕਾਂ ਨਾਲ ਰਸ਼ ਹੋਣ ਲਗਾ ਤਾਂ ਹਜ਼ਰਤ ਈਸਾ ਆਖਿਆ, ਅੱਜ ਕੱਲ੍ਹ ਨੇ ਲੋਕ ਕਿਤਨੇ ਬੁਰੇ ਹਨ, ਇਹਨਾਂ ਕਿ ਮੌਜੇ ਤੱਕਣੇ ਨਾਲ ਸ਼ੌਕ ਹੈ, ਪਰ ਇਹਨਾਂ ਕਿ ਸਿਰਫ ਹਜ਼ਰਤ ਯੂਨਸ ਨੇ ਮੌਜੇ ਨਹੀਂ ਹੀ ਤਰ੍ਹਾਂ ਇੱਕ ਮੌਜਾ ਦੱਸਿਆ ਜਾ ਸੀ। ਜਿਸ ਤਰ੍ਹਾਂ ਨੇਨਵਾ ਸ਼ਹਿਰ ਨੇ ਲੋਕਾਂ ਵਾਸਤੇ ਹਜ਼ਰਤ ਯੂਨਸ ਇੱਕ ਨਿਸ਼ਾਨ ਬਣੀ ਗਏ ਸਨ, ਉਸ ਤਰ੍ਹਾਂ ਇਬਨ ਇਨਸਾਨ ਯਾਨੀ ਕਿ ਮੈਂ ਵੀ ਇਸ ਜ਼ਮਾਨੇ ਵਾਸਤੇ ਇੱਕ ਨਿਸ਼ਾਨ ਬਣੀ ਜਾ ਸਾਂ। ਕਿਆਮਤ ਵਾਲੇ ਦਿਹਾੜਾ ਨੇਨਵਾ ਸ਼ਹਿਰ ਨੇ ਲੋਕ ਵੀ ਖਲੀ ਕਿ ਇਸ ਜ਼ਮਾਨੇ ਨੇ ਲੋਕਾਂ ਕੀ ਮੁਜਰਮ ਸਾਬਤ ਕਰ ਸਨ, ਇਸ ਵਾਸਤੇ ਕਿ ਉਹਨਾਂ ਹਜ਼ਰਤ ਯੂਨਸ ਨਾਲ ਪੈਗਾਮ ਸੁਣੀ ਕਿ ਤੋਬਾ ਕੀਤੀ ਸੀ। ਹਾਲਾਂਕਿ ਇੱਥੇ ਤਾਂ ਉਹ ਹੈ ਜਿਸ ਦਾ ਮੁਕਾਮ ਹਜ਼ਰਤ ਯੂਨਸ ਕੋਲੋਂ ਵੀ ਜ਼ਿਆਦਾ ਬੜਾ ਹੈ। ਕੋਈ ਬੰਦਾ ਵੀ ਬੱਤੀ ਬਾਲੀ ਕੇ ਕਿਸੇ ਓਹਲੀ ਜਗ੍ਹਾ ਵਿੱਚ ਨਹੀਂ ਰੱਖਣਾ ਬਲਕਿ ਕਿਸੇ ਉੱਚੀ ਜਗ੍ਹਾ ਪਰ ਰੱਖਣਾ। ਤੁਸਾਂ ਦੀਆਂ ਅੱਖੀਆਂ ਤੁਸਾਂ ਨੇ ਬਦਨ ਦੀਆਂ ਬੱਤੀਆਂ ਹਨ, ਜੇ ਇਹ ਠੀਕ ਹੋਵਣ ਤਾਂ ਸਾਰੇ ਬਦਨ ਕੀ ਰੋਸ਼ਨੀ ਲੱਭਸੀ, ਜੇ ਇਹ ਖਰਾਬ ਹੋਵਣ ਤਾਂ ਤੁਸਾਂ ਨੇ ਸਾਰੇ ਬਦਨ ਵਿੱਚ ਹਨੇਰਾ ਹੋ ਸੀ। ਇਸ ਵਾਸਤੇ ਜ਼ਰਾ ਗੌਰ ਕਰੋ ਕਿ ਤੁਸਾਂ ਵਿੱਚ ਜਿਹੜੀ ਰੋਸ਼ਨੀ ਹੈ ਉਹ ਹਕੀਕਤ ਵਿੱਚ ਹਨੇਰਾ ਤਾਂ ਨਹੀਂ? ਇਸ ਤਰ੍ਹਾਂ ਜੇ ਸਾਰਾ ਬਦਨ ਰੋਸ਼ਨੀ ਨਾਲ ਭਰਿਆ ਹੋਵੇ ਤਾਂ ਬਦਨ ਵਿੱਚ ਇਹ ਜਿਹੀ ਰੋਸ਼ਨੀ ਹੋ ਸੀ ਜਿਹੀ ਅਜੀ ਚਿਰਾਗ ਨੇ ਚਮਕਣੇ ਨਾਲ ਤੁਸਾਂ ਨੇ ਬਦਨ ਭਰਾਉਣੀ ਹੈ। ਜਿਸ ਲੈ ਹਜ਼ਰਤ ਈਸਾ ਇਹ ਗੱਲਾਂ ਖਤਮ ਕੀਤੀਆਂ ਤਾਂ ਫਰੇਸੀ ਫਿਰਕੇ ਨੇ ਇੱਕ ਬੰਦੇ ਅੱਛੀ ਕਹਿ ਉਹਨਾਂ ਕੀ ਖਾਣੇ ਦੀ ਦਾਵਤ ਦਿੱਤੀ। ਹਜ਼ਰਤ ਈਸਾ ਉਸਨੇ ਕਾਰ ਗਏ ਤਾਂ ਖਾਣੇ ਵਾਸਤੇ ਬਹਿ ਗਏ। ਫਰੇਸੀ ਬੰਦਾ ਇਹ ਗੱਲ ਤੱਕੀ ਕਿ ਹੈਰਾਨ ਹੋਇਆ ਕਿ ਹਜ਼ਰਤ ਈਸਾ ਰਵਾਇਤੀ ਤਰੀਕੇ ਨਾਲ ਖਾਣੇ ਤੋਂ ਪਹਿਲੇ ਆਪਣੇ ਹੱਥ ਨਹੀਂ ਧੋਤੇ। ਹਜ਼ਰਤ ਈਸਾ ਆਖਿਆ, ਫਰੇਸੀਓ, ਤੁਸਾਂ ਭਾਂਡਿਆਂ ਕੀ ਬਾਹਰੋਂ ਤਾਂ ਧੋਣੇ ਹੋ ਪਰ ਅੰਦਰੋਂ ਤੁਸਾਂ ਬਦੀ ਤੇ ਲਾਲਚ ਨਾਲ ਭਰੇ ਵੇ ਹੋ। ਜਿਸ ਖਾਲਕ ਅਸਾਂ ਕੀ ਬਾਹਰੋਂ ਬਣਾਇਆ ਉਸ ਅਸਾਂ ਕੀ ਅੰਦਰੋਂ ਨਹੀਂ ਬਣਾਇਆ? ਇਸ ਵਾਸਤੇ ਆਪਣੇ ਭਾਂਡਿਆਂ ਵਿੱਚ ਪੀਣੇ ਵਾਲੇ ਮਾਲ ਵਿੱਚੋਂ ਖੈਰਾਤ ਵੀ ਦਿਆ ਕਰੋ ਤਾਂ ਕਿ ਸਭ ਕੁਝ ਤੁਸਾਂ ਵਾਸਤੇ ਪਾਕ ਹੋਈ ਜਾਏ। ਉਹ ਫਰੇਸੀਓ, ਤੁਸਾਂ ਪਰ ਅਫਸੋਸ, ਤੁਸਾਂ ਸਾਰੀਆਂ ਸਬਜ਼ੀਆਂ ਦਾ 10ਵਾਂ ਹਿੱਸਾ ਅੱਲਾ ਨੇ ਨਾ ਪਰ ਦੇਣੇ ਹੋ
ਪਰ ਲੋਕਾਂ ਨਾਲ ਇਨਸਾਫ ਕਰਨਾ ਤੇ ਅੱਲਾ ਨਾਲ ਮੁਹੱਬਤ ਕਰਨਾ ਭੁੱਲ ਹੀ ਗਏ ਹੋ। ਉਹ ਫਰੇਸੀਓ, ਤੁਸਾਂ ਪਰ ਅਫਸੋਸ, ਤੁਸਾਂ ਚਾਹੁੰਦੇ ਹੋ ਕਿ ਇਬਾਦਤ ਖਾਨਿਆਂ ਵਿੱਚ ਲੋਕ ਤੁਸਾਂ ਕੀ ਖਾਸ ਜਗ੍ਹਾ ਪਰ ਅੱਗੇ ਬਾਲਣ ਤੇ ਬਾਜ਼ਾਰਾਂ ਵਿੱਚ ਤੁਸਾਂ ਕੀ ਅਦਬ ਨਾਲ ਝੁਕੀ ਕੇ ਸਲਾਮ ਕਰਨ। ਇੱਕ ਆਲਮ ਆਖਿਆ, ਹਜ਼ੂਰ, ਇਸ ਤਰ੍ਹਾਂ ਦੀਆਂ ਗੱਲਾਂ ਕਰੀ ਕਿ ਤੁਸਾਂ ਅਸਾਂ ਕਿਵੇਂ ਬੇਇੱਜ਼ਤ ਕਰਨੇ ਹੋ। ਹਜ਼ਰਤ ਈਸਾ ਆਖਿਆ, ਉਹ ਆਲਮੋ, ਤੁਸਾਂ ਉੱਪਰ ਅਫਸੋਸ, ਤੁਸਾਂ ਲੋਕਾਂ ਪਰ ਬਹੁ ਭਾਰ ਬਾਣੇ ਹੋ ਜਿਹੜੇ ਮੁਸ਼ਕਲ ਨਾਲ ਚਾਹੇ ਜਾਈ ਸਕਣੇ ਨੇ, ਪਰ ਤੁਸਾਂ ਆਪੂ ਉਹਨਾਂ ਦੀ ਜ਼ਰਾ ਮਦਦ ਨਾ ਕਰਨੇ। ਤੁਸਾਂ ਉੱਪਰ ਅਫਸੋਸ, ਤੁਸਾਂ ਉਹਨਾਂ ਨਬੀਆਂ ਨੇ ਮਜ਼ਾਰ ਬਣਾਉਣੇ ਹੋ ਜਿਨ੍ਹਾਂ ਕਿ ਤੁਸਾਂ ਨੇ ਪਿਓ ਦਾਦੇ 'ਚ ਸ਼ਹੀਦ ਕੀਤਾ ਸੀ। ਅੱਲਾਹ ਤਾਲਾ ਆਪਣੀ ਹਿਕਮਤ ਨਾਲ ਫਰਮਾਇਆ ਹੈ, ਮੈਂ ਨਬੀਆਂ ਕੀ ਉਹਨਾਂ ਕੋਲ ਭੇਜ ਸਾਂ, ਉਹ ਬਾਜ਼ਾਂ ਕੀ ਕਤਲ ਕਰ ਸਨ ਤਾਂ ਬਾਜ਼ਾਂ ਕੀ ਤੰਗ ਕਰ ਸਨ। ਇਸ ਵਾਸਤੇ ਇਸ ਜ਼ਮਾਨੇ ਕੋਲੋਂ ਉਹਨਾਂ ਸਾਰਿਆਂ ਨਬੀਆਂ ਨੇ ਕਤਲਾਂ ਦਾ ਹਿਸਾਬ ਕਿੰਦਾ ਜਾ ਸੀ ਜਿਹੜੇ ਦੁਨੀਆਂ ਨੇ ਸ਼ੁਰੂ ਤੋਂ ਕਿ ਨਹੀਂ ਕਿ ਹੁਣ ਤੱਕ ਸ਼ਹੀਦ ਕੀਤੇ ਗਏ ਨੇ। ਉਹ ਆਲਮੋ, ਤੁਸਾਂ ਪਰ ਅਫਸੋਸ, ਜਿਸ ਕੁੰਜੀ ਨਾਲ ਇਲਮ ਨਾ ਦਰਵਾਜ਼ਾ ਖੁੱਲ੍ਹਣਾ, ਤੁਸਾਂ ਉਹ ਕੁੰਜੀ ਲੋਕਾਂ ਕੋਲੋਂ ਖੋਈ ਕਹਿੰਦੀ ਹੈ। ਤੁਸਾਂ ਇਸ ਦਰਵਾਜ਼ੇ ਵਿੱਚ ਆਪੋ ਵੀ ਦਾਖਲ ਨਹੀਂ ਹੋਏ ਤਾਂ ਜਿਹੜੇ ਲੋਕ ਇਸ ਵਿੱਚ ਦਾਖਲ ਹੋਣਾ ਚਾਹੁੰਦੇ ਸਨ ਉਹਨਾਂ ਕੀ ਵੀ ਰੋਕੀ ਛੋੜਿਆ। ਫਿਰ ਫਰੇਸੀ ਫਿਰਕੇ ਨੇ ਲੋਕ ਤਾਂ ਸ਼ਰੀਅਤ ਨੇ ਆਲਮ ਹਜ਼ਰਤ ਈਸਾ ਦੀਆਂ ਗੱਲਾਂ ਪਰ ਇਤਰਾਜ਼ ਕਰਨ ਲੱਗੇ ਤਾਂ ਤਰ੍ਹਾਂ ਤਰ੍ਹਾਂ ਨੇ ਸਵਾਲ ਕਰਨ ਲੱਗੇ ਪਏ। ਉਹਨਾਂ ਦਾ ਮਕਸਦ ਸੀ ਕਿ ਕਿਸੇ ਤਰ੍ਹਾਂ ਹਜ਼ਰਤ ਈਸਾ ਕੀ ਉਹਨਾਂ ਦੀਆਂ ਆਪਣੀਆਂ ਗੱਲਾਂ ਵਿੱਚ ਹੀ ਫਸਾਈ ਕੇ ਨੇ।